ਸਤਿ ਸ਼੍ਰੀ ਅਕਾਲ ਕੈਨੇਡਾ ਤੇ ਅਮਰੀਕਾ ਵਿੱਚ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਿੰਦਰਪਾਲ 30 ਮਿੰਟ ਦੇ ਇਸ ਐਪੀਸੋਡ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਸਭ ਤੋਂ ਪਹਿਲੇ ਨਿਗਾਹ ਮਾਰ ਲੈਣਾ ਇਸ ਹਫਤੇ ਦੀਆਂ ਖਾਸ ਹੈਪਨਿੰਗਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਪਾਈ ਅਮਰੀਕਾ ਦੀ ਫੇਰੀ ਕੈਲੀਫੋਰਨੀਆ ਦੇ ਰੋਜ਼ਵਾਲ ਸ਼ਹਿਰ ਵਿੱਚ ਕਰਵਾਇਆ ਗਿਆ ਤੀਆਂ ਦਾ ਮੇਲਾ ਅਤੇ ਨਿਊਯਾਰਕ ਦੀਆਂ ਮੁਟਿਆਰਾਂ ਲਈ ਅਦਾਰਾ ਸ਼ਾਨੇ ਪੰਜਾਬ ਅਤੇ ਆਪਣਾ ਬਾਜ਼ਾਰ ਕੈਸ਼ ਐਂਡ ਕੈਰੀ ਵੱਲੋਂ ਕਰਵਾਇਆ ਗਿਆ ਤੀਆਂ ਦਾ ਮੇਲਾ ਪੰਜਾਬ ਦੇ ਵਿੱਚ ਹੋਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਨੇ ਇਸੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਅਮਰੀਕਾ ਦੀ ਫੇਰੀ ਪਾਈ ਜਾ ਰਹੀ ਹੈ ਜਿਵੇਂ ਜਿਵੇਂ ਪੰਜਾਬ ਦੀਆਂ 2017 ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਉਵੇਂ ਉਵੇਂ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੇ ਆਪਣੇ ਤਰੀਕੇ ਨਾਲ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀਆਂ ਨੇ ਪਰਦੇਸਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਲੁਭਾਉਣ ਦੇ ਲਈ ਅੱਜ ਕੱਲ੍ਹ ਕਈ ਅਕਾਲੀ ਦਲ ਪਾਰਟੀ ਨਾਲ ਸੰਬੰਧਿਤ ਲੀਡਰ ਇੰਨੀ ਦਿਨੀ ਅਮਰੀਕਾ ਵਿੱਚ ਆਏ ਹੋਏ ਨੇ ਇਸ ਲੜੀ ਦੇ ਤਹਿਤ ਆਨੰਦਪੁਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਅਕਾਲੀ ਲੀਡਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨਿਊਯਾਰਕ ਪਹੁੰਚੇ ਨੇ ਅਤੇ ਉਹਨਾਂ ਨੇ ਅਮਰੀਕਾ ਵਿੱਚ ਅਕਾਲੀ ਦਲ ਪਾਰਟੀ ਦੇ ਅਹੁਦੇਦਾਰਾਂ ਨਾਲ ਇੱਕ ਖਾਸ ਮੀਟਿੰਗ ਕੀਤੀ ਹੈ ਇਸ ਪ੍ਰੋਗਰਾਮ ਦੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਮਨਜੀਤ ਸਿੰਘ ਜੀਕੇ ਅਤੇ ਦਿੱਲੀ ਤੋਂ ਹੀ ਮਨਜਿੰਦਰ ਸਿੰਘ ਸਿਰਸਾ ਵੀ ਸ਼ਾਮਲ ਹੋਏ ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਦੌਰਾਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਣਾ ਨੇ ਇਹ ਗੱਲ ਕਹੀ ਕਿ ਉਹਨਾਂ ਦੀ ਇਸ ਅਮਰੀਕਾ ਫੇਰੀ ਦੌਰਾਨ ਕਈ ਤਰ੍ਹਾਂ ਦੇ ਸ਼ੰਕੇ ਦੂਰ ਹੋਏ ਨੇ ਲੋਕਾਂ ਦੇ ਮਨਾਂ ਵਿੱਚ ਅਕਾਲੀ ਦਲ ਖਿਲਾਫ਼ ਕਾਫ਼ੀ ਰੋਸ ਸੀ ਪਰ ਹੁਣ ਉਹ ਦੂਰ ਹੋ ਗਿਆ ਹੈ ਸੱਚੀ ਗੱਲ ਆ ਸਾਡੇ ਮਨਾਂ ਵਿੱਚ ਵੀ ਭੁਲੇਖੇ ਬਹੁਤ ਸੀ ਵੀ ਪਤਾ ਨਹੀਂ ਬਾਹਰਲੇ ਲੋਕ ਅਕਾਲੀ ਦਲ ਤੋਂ ਦੂਰੇ ਹੋ ਗਏ ਅਕਾਲੀ ਦਲ ਦੀ ਗੱਲ ਹੀ ਨਹੀਂ ਸੁਣਦੇ ਪਰ ਲੋਕਾਂ ਨੇ ਜਿੰਨਾ ਸਤਿਕਾਰ ਮਾਣ ਅਕਾਲੀ ਦਲ ਦੀ ਅੱਜ ਸਾਡੀ ਗੱਲ ਸੁਣਨ ਦੇ ਵਿੱਚ ਇੱਥੇ ਦਿੱਤਾ ਆਪਣੇ ਕੰਮ ਛੱਡ ਕੇ ਉਹ ਤੋਂ ਸਾਨੂੰ ਬਹੁਤ ਵੱਡਾ ਹੌਸਲਾ ਮਿਲਿਆ ਇੱਕ ਕਿਸਮ ਦੀ ਆਕਸੀਜਨ ਮਿਲੀ ਆ ਔਰ ਸਾਨੂੰ ਅਹਿਸਾਸ ਹੋਇਆ ਕਿ ਜਿਹੜਾ ਲੋਕਾਂ ਲਈ ਕੰਮ ਕਰਦਾ ਲੋਕ ਉਹਦੀ ਕਦਰ ਕਰਦੇ ਨੇ ਇਸ ਮੀਟਿੰਗ ਵਿੱਚ ਅਕਾਲੀ ਦਲ ਪਾਰਟੀ ਨਾਲ ਸੰਬੰਧਿਤ ਸਾਰੇ ਹੀ ਅਹੁਦੇਦਾਰ ਸ਼ਾਮਲ ਸਨ ਸਾਰਿਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਉਣ ਵਾਲੀਆਂ 2017 ਦੀਆਂ ਚੋਣਾਂ ਵਿੱਚ ਪਰਦੇਸੀ ਪੰਜਾਬੀ ਕਿਸ ਤਰ੍ਹਾਂ ਅਕਾਲੀ ਦਲ ਦੀ ਜਿੱਤ ਨੂੰ ਯਕੀਨੀ ਬਣਾ ਸਕਦੇ ਨੇ ਇਸ ਮੀਟਿੰਗ ਦੌਰਾਨ ਆਉਣ ਵਾਲੇ ਸਮੇਂ ਵਿੱਚ ਅਮਰੀਕਾ ਦੀਆਂ ਅਕਾਲੀ ਦਲ ਦੀਆਂ ਇਕਾਈਆਂ ਨੂੰ ਬਣਾਉਣ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ ਮਨਜੀਤ ਸਿੰਘ ਜੀਕੇ ਅਤੇ ਮਨਜਿੰਦਰ ਸਿੰਘ ਸਿਰਸਾ ਨੇ ਵੀ ਪਰਦੇਸੀ ਪੰਜਾਬੀਆਂ ਨੂੰ ਅਕਾਲੀ ਦਲ ਦਾ ਸਾਥ ਦੇਣ ਦੀ ਗੱਲ ਆਖੀ ਅਸੀਂ ਜੋ ਕੀਤਾ ਸ਼ਾਇਦ ਕਿਤੇ ਨਾ ਕਿਤੇ ਹੰਕਾਰ 'ਚ ਗੱਲ ਕਹਿ ਕੇ ਹੋਵਾਂਗੇ ਇਹ ਸਮਝ ਕੇ ਹੋਵਾਂਗੇ ਕਿ ਬਈ ਲੋਕਾਂ ਨੂੰ ਪਤਾ ਅਸੀਂ ਕੀ ਕਰਦੇ ਪਏ ਹਾਂ ਪਰ ਅੱਜ ਕੱਲ੍ਹ ਜਿਹੜਾ ਨਾ ਉਹ ਮਾਲ ਵੇਚਣਾ ਪੈਂਦਾ ਉਹਦੇ ਵਾਸਤੇ ਕਾਰੀਗਰੀ ਕਰਨੀ ਪੈਂਦੀ ਹੈ ਨਹੀਂ ਤਾਂ ਤੁਸੀਂ ਸੋਨਾ ਵੀ ਵੇਚੋ ਤਾਂ ਕੋਈ ਖਰੀਦਣ ਨਹੀਂ ਆਉਂਦਾ ਅਤੇ ਜੇ ਪਿੱਤਲ ਵੀ ਕਿਤੇ ਚੰਗੀ ਪੈਕਿੰਗ 'ਚ ਪਾ ਦਿਓ ਤਾਂ ਲਾਈਨ ਲਾ ਕੇ ਵਿਕਦਾ ਪੰਜਾਬ ਦੇ ਬਾਰੇ 'ਚ ਪ੍ਰਚਾਰ ਕੀਤਾ ਜਾਂਦਾ ਹੈ ਕਿ ਪੰਜਾਬ ਤਰੱਕੀ ਦੀਆਂ ਲੀਹਾਂ ਤੋਂ ਉੱਤਰ ਗਿਆ ਹੈ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬੜੀ ਮਾੜੀ ਆ ਇਹ ਵੀ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਅੰਦਰ 70% ਦੀ ਡਰੱਗਸ ਆ ਮੈਂ ਰੋਜ਼ ਦੇਖਦਾ ਸੋਸ਼ਲ ਮੀਡੀਆ ਉੱਤੇ ਰੇਡੀਓ ਉੱਤੇ ਟੈਲੀਵਿਜ਼ਨ ਉੱਤੇ ਹਰ ਤਰ੍ਹਾਂ ਦਾ ਭੰਡੀ ਪ੍ਰਚਾਰ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅਕਾਲੀ ਦਲ ਦੇ ਲੀਡਰਾਂ ਵੱਲੋਂ ਇਸ ਤਰ੍ਹਾਂ ਦੀਆਂ ਮੀਟਿੰਗ ਅਤੇ ਵਿਦੇਸ਼ੀ ਦੌਰੇ ਕਿਸ ਤਰ੍ਹਾਂ ਲਾਹੇਵੰਦ ਸਾਬਿਤ ਹੁੰਦੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ 2017 ਦੀਆਂ ਚੋਣਾਂ ਵਿੱਚ ਪਰਦੇਸੀ ਪੰਜਾਬੀ ਕਿਸ ਤਰ੍ਹਾਂ ਅਕਾਲੀ ਦਲ ਦੀ ਸਪੋਰਟ ਕਰਦੇ ਨੇ ਨਿਊਯਾਰਕ ਤੋਂ ਗਿਲ ਪ੍ਰਦੀਪ ਦੇ ਨਾਲ ਬਿੰਦਰਪਾਲ ਗਲੋਬਲ ਪੰਜਾਬ ਟੀਵੀ ਬੀਤੇ ਦਿਨਾਂ ਦੇ ਵਿੱਚ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰੂ ਘਰ ਦੇ ਵਿੱਚ ਖਾਲਸਾ ਪੰਜਾਬੀ ਸਕੂਲ ਦਾ ਉਦਘਾਟਨ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਉਦਘਾਟਨ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇੱਥੋਂ ਦੇ ਪ੍ਰਸਿੱਧ ਗੁਰੂ ਘਰ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਵਿਖੇ ਪੰਜਾਬ ਖਾਲਸਾ ਸਕੂਲ ਦਾ ਉਦਘਾਟਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕੀਤਾ ਮਨਜਿੰਦਰ ਸਿੰਘ ਸਿਰਸਾ ਜਨਰਲ ਸੈਕਟਰੀ ਦਿੱਲੀ ਗੁਰਦੁਆਰਾ ਕਮੇਟੀ ਅਤੇ ਸੀਨੀਅਰ ਅਕਾਲੀ ਲੀਡਰ ਅਵਤਾਰ ਸਿੰਘ ਹਿੱਤ ਸਣੇ ਦਿੱਲੀ ਗੁਰਦੁਆਰਾ ਕਮੇਟੀ ਦੇ ਹੋਰ ਅਹੁਦੇਦਾਰ ਵੀ ਉਹਨਾਂ ਦੇ ਨਾਲ ਸ਼ਾਮਲ ਸਨ ਸਿੱਖਾਂ ਵੱਲੋਂ ਇਸ ਇਲਾਕੇ ਵਿੱਚ ਪੰਜਾਬੀ ਸਕੂਲ ਸ਼ੁਰੂ ਕਰਨ ਦੀ ਮੰਗ ਪੂਰੀ ਹੋ ਜਾਏਗੀ ਪੰਜਾਬੀ ਭਾਸ਼ਾ ਸਿੱਖ ਇਤਿਹਾਸ ਪੰਜਾਬੀ ਸੱਭਿਆਚਾਰ ਅਤੇ ਗੁਰਬਾਣੀ ਨਾਲ ਆਪਣੇ ਬੱਚਿਆਂ ਨੂੰ ਜੋੜਨ ਲਈ ਇਸ ਸਕੂਲ ਦੀ ਸ਼ੁਰੂਆਤ ਕੀਤੀ ਗਈ ਹੈ ਇਹ ਵੀ ਦੱਸ ਦਈਏ ਕਿ ਬਾਹਰਲੇ ਪੰਜਾਬੀਆਂ ਦੇ ਬੱਚਿਆਂ ਨੂੰ ਆਪਣੇ ਵਿਰਸੇ ਅਤੇ ਧਰਮ ਨਾਲ ਜੋੜਨ ਵਿੱਚ ਅਜਿਹੇ ਪੰਜਾਬੀ ਸਕੂਲ ਅਹਿਮ ਰੋਲ ਨਿਭਾਉਂਦੇ ਆ ਰਹੇ ਨੇ ਕਿਰਪਾਲ ਕੌਰ ਅਤੇ ਡਾਕਟਰ ਸੁਰਿੰਦਰ ਗਿੱਲ ਨੂੰ ਇਸ ਸਕੂਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਇਸ ਸਕੂਲ ਦੇ ਰਸਮੀ ਉਦਘਾਟਨ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਜਿੱਥੇ $1100 ਡੋਨੇਸ਼ਨ ਵਜੋਂ ਦਿੱਤੇ ਗਏ ਉੱਥੇ ਹੀ ਗੁਰੂ ਘਰ ਵਿਖੇ ਸਿੱਖ ਲਾਇਬ੍ਰੇਰੀ ਦੀ ਸਥਾਪਨਾ ਕਰਨ ਲਈ ਫ੍ਰੀ ਕਿਤਾਬਾਂ ਭੇਜਣ ਦਾ ਵਾਅਦਾ ਵੀ ਕੀਤਾ ਗਿਆ
ਗੁਰੂ ਘਰ ਦੇ ਨਵੇਂ ਚੁਣੇ ਗਏ ਚੇਅਰਮੈਨ ਕੇ ਸਿੱਧੂ ਅਤੇ ਪ੍ਰਧਾਨ ਜੀਤ ਸਿੰਘ ਵੱਲੋਂ ਆਏ ਮਹਿਮਾਨਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਧਰਮ ਦਾ ਆਪਣੀ ਵਿਰਾਸਤ ਦਾ ਆਪਣੇ ਕਲਚਰ ਦਾ ਇੱਥੋਂ ਪਤਾ ਲੱਗੇਗਾ ਔਰ ਡਾਕਟਰ ਸਾਹਿਬ ਬੀਬੀ ਜੀ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਪੂਰੀ ਮਦਦ ਕੀਤੀ ਹੈ ਉਹਨਾਂ ਦਾ ਖਾਸ ਤੌਰ 'ਤੇ ਧੰਨਵਾਦ ਹੈ ਕਿ ਆਪਣੀ ਕਮਾਈ ਦੇ ਵਿੱਚੋਂ ਗੁਰੂ ਘਰਾਂ ਲਈ ਦਸਵੰਧ ਕੱਢਣਾ ਮੈਂ ਸਮਝਦਾ ਬਹੁਤ ਵੱਡੀ ਗੱਲ ਹੈ। ਪਰਮ ਪਿਤਾ ਪਰਮੇਸ਼ਵਰ ਆਪ ਸਭ ਨੂੰ ਇੰਨੀ ਹੋਰ ਤਾਕਤ ਬਖਸ਼ੇ ਕਿ ਆਪ ਇਸੇ ਤਰ੍ਹਾਂ ਇਹਨੂੰ ਵੱਡੇ ਪੱਧਰ 'ਤੇ ਲੈ ਕੇ ਜਾਓ ਔਰ ਆਉਣ ਵਾਲੀ ਸਾਡੀ ਇਸ ਇਲਾਕੇ ਦੇ ਸਾਰੇ ਬੱਚੇ ਜਿਹੜੇ ਨੇ ਉਹ ਸਿੱਖ ਸਕੂਲਾਂ ਦੇ ਅੰਦਰ ਇਹ ਫੇਥ ਸਕੂਲ ਦੇ ਅੰਦਰ ਅੱਛੀ ਐਜੂਕੇਸ਼ਨ ਲੈ ਕੇ ਔਰ ਸਿੱਖੀ ਦੇ ਨਾਲ ਪੂਰਨ ਤੌਰ 'ਤੇ ਪਰਪੱਕ ਸਿੱਖ ਬਣ ਸਕਣ ਇਹਦੇ ਵਾਸਤੇ ਮੈਂ ਸਮਝਦਾ ਇਹ ਉਪਰਾਲਾ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਹੋਊਗਾ। ਬਹੁਤ ਬਹੁਤ ਧੰਨਵਾਦ। ਹਿਸਟੋਰੀਕਲ ਮੂਮੈਂਟ ਹੈ ਕਿ ਇੱਥੇ ਅੱਜ ਸਕੂਲ ਦੀ ਓਪਨਿੰਗ ਹੋਈ ਹੈ ਖਾਲਸਾ ਸਕੂਲ ਦੀ। ਇਹ ਨਾਲ ਹੀ ਇਹਦਾ ਸਾਰਾ ਜਿਹੜਾ ਸ਼੍ਰੇ ਉਹ ਬੀਬੀ ਕਿਰਪਾਲ ਕੌਰ ਜੋ ਕਿ ਗੁਰਦੁਆਰਾ ਸਾਹਿਬ ਦੇ ਫਾਊਂਡਿੰਗ ਮੈਂਬਰ ਨੇ ਉਹਨਾਂ ਦੀ ਵੀ ਇੱਕ ਬੜਾ ਵੱਡਾ ਉਪਰਾਲਾ। ਉਹਨਾਂ ਦੀ ਡ੍ਰੀਮ ਸੀ ਕਿ ਸਕੂਲ ਖੁੱਲ੍ਹੇ ਅਤੇ ਅੱਜ ਉਹਨਾਂ ਦੀ ਵੀ ਡ੍ਰੀਮ ਪੂਰੀ ਹੋਈ ਹੈ। ਬਾਲਟੀਮੋਰ ਮੈਰੀਲੈਂਡ ਤੋਂ ਡਾਕਟਰ ਸੁਖਪਾਲ ਸਿੰਘ ਧਨੋਆ ਦੇ ਨਾਲ ਬਿੰਦਰਪਾਲ ਗਲੋਬਲ ਪੰਜਾਬ ਟੀਵੀ ਦੇ ਲਈ। ਬਾਜ਼ੀਗਰ ਬੰਜਾਰਾ ਐਸੋਸੀਏਸ਼ਨ ਕੈਲੀਫੋਰਨੀਆ ਵੱਲੋਂ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਹਰੀ ਕ੍ਰਾਂਤੀ ਦੇ ਮੋਢੀ ਅਤੇ ਬਾਜ਼ੀਗਰ ਕੌਮ ਦੇ ਮਾਣ ਸ਼੍ਰੀ ਬਸੰਤ ਰਾਓ ਨਾਇਕ ਦੇ 102ਵੇਂ ਜਨਮ ਦਿਨ ਦੇ ਮੌਕੇ 'ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਐਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾਕਟਰ ਮੋਹਨ ਤਿਆਗੀ ਦੇ ਨਾਲ ਰੂਬਰੂ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ। ਡਾਕਟਰ ਮੋਹਨ ਤਿਆਗੀ ਜੋ ਬਾਜ਼ੀਗਰ ਬੰਜਾਰਾ ਭਾਈਚਾਰੇ ਦੇ ਨਾਲ ਤਾਲੁਕ ਰੱਖਦੇ ਨੇ ਉਹਨਾਂ ਨੇ ਬਾਜ਼ੀਗਰ ਕਬੀਲੇ ਦਾ ਜੀਵਨ ਅਤੇ ਸੱਭਿਆਚਾਰ ਪੁਸਤਕ ਲਿਖੀ ਹੈ। ਉਹਨਾਂ ਦੇ ਮਾਣ ਸਨਮਾਨ ਦੇ ਵਿੱਚ ਸਨੀਵੇਲ ਦੇ ਸੁਨੇਹਾ ਰੈਸਟੋਰੈਂਟ 'ਚ ਲੰਘੇ ਬੁੱਧਵਾਰ ਨੂੰ ਕਰਵਾਏ ਗਏ ਮਾਣ ਸਨਮਾਨ ਸਮਾਗਮ ਵਿੱਚ ਸ਼੍ਰੀ ਪੀਟਰ ਤਾਲ ਧਰਮਸੋਤ, ਸ਼੍ਰੀ ਧਰਮਪਾਲ ਧਰਮਸੋਤ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ, ਜਦੋਂ ਕਿ ਪ੍ਰਧਾਨਗੀ ਮੰਡਲ ਦੇ ਵਿੱਚ ਨਾਭਾ ਦੇ DSP ਅਰਸ਼ਦੀਪ ਸਿੰਘ ਗਿੱਲ, ਟਰਾਂਸਪੋਰਟਰ ਸਵਰਨ ਸਿੰਘ ਬਲਿੰਗ ਹਾਜ਼ਰ ਸੀ। ਮੰਚ ਸੰਚਾਲਨ ਲੇਖਕ ਅਤੇ ਪੱਤਰਕਾਰ ਓਮ ਪ੍ਰਕਾਸ਼ ਕਮਲ ਨੇ ਕਰਦਿਆਂ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਸਾਡੇ ਬੰਜਾਰਾ ਕਬੀਲੇ ਵਿੱਚੋਂ ਬਸੰਤ ਰਾਓ ਨਾਇਕ ਅਤੇ ਡਾਕਟਰ ਤਿਆਗੀ ਵਰਗੀਆਂ ਸੰਸਾਰ ਪ੍ਰਸਿੱਧ ਹਸਤੀਆਂ ਪੈਦਾ ਹੋਈਆਂ ਨੇ। ਡਾਕਟਰ ਤਿਆਗੀ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦੇ ਆਪਣੇ ਕਬੀਲੇ ਨੇ ਅਮੈਰੀਕਾ ਦੇ ਵਿੱਚ ਅਥਾਹ ਮਾਣ ਸਨਮਾਨ ਦਿੱਤਾ ਹੈ। ਸੰਬੋਧਨ ਕਰਨ ਵਾਲਿਆਂ ਦੇ ਵਿੱਚ ਪ੍ਰੋਫੈਸਰ ਜਸਪਾਲ ਸੈਣੀ, ਅਨਿਲ ਕੁਮਾਰ, ਤਾਰਾ ਸਿੰਘ ਸਾਗਰ ਅਤੇ ਚਰਨਜੀਤ ਸਿੰਘ ਪੰਨੂ ਸ਼ਾਮਲ ਸੀ। ਵੱਡੀ ਗਿਣਤੀ ਦੇ ਵਿੱਚ ਭਾਈਚਾਰੇ ਦੇ ਆਏ ਲੋਕਾਂ ਨੂੰ ਖਾਣਾ ਵੀ ਖਵਾਇਆ ਗਿਆ। ਮੈਂ ਇੱਕ ਪਹਿਲਾ ਸਾਹਿਤਕਾਰ ਹਾਂ ਜਿਹਨੇ ਇੱਕ ਇਹਨੂੰ ਲਿਟਰੇਚਰ ਨੂੰ ਹੰਗਾਰ ਵਜੋਂ ਲਿਆ, ਕਬੀਲਿਆਂ ਦੇ ਕੰਮ ਸ਼ੁਰੂ ਕੀਤਾ। ਜਿੰਨਾ ਕੰਮ ਪਹਿਲਾਂ ਯੂਨੀਵਰਸਿਟੀ ਕਬੀਲਿਆਂ 'ਤੇ ਹੋਇਆ ਉਹਦੇ 'ਚ ਬਹੁਤ ਜ਼ਿਆਦਾ ਜਿਹੜੇ ਦੂਸਰੇ ਲੋਕ ਸੀਗੇ ਉਹ ਕੱਚਾ ਪੱਕਾ ਸੁਣ ਸੁਣਾ ਕੇ ਲਿਖ ਕੇ ਆਪਣੇ ਪ੍ਰੋਜੈਕਟ ਸਬਮਿਟ ਕਰ ਦਿੰਦੇ ਸੀ ਸਰਕਾਰ ਨੂੰ। ਸਾਡੇ ਪੁਰਾਣੇ ਲੋਕ ਬੱਚਿਆਂ ਨੂੰ ਇਸ ਕਰਕੇ ਪੜ੍ਹਾਉਂਦੇ ਸਨ ਕਿ ਉਹ ਪੜ੍ਹ ਕੇ ਕੋਈ ਚੰਗੀ ਜੌਬ ਲੈ ਲੈਣ ਜਾਂ ਚੰਗੀ ਨੌਕਰੀ ਲੈ ਲੈਣ। ਪਰ ਮੈਂ ਜੋ ਸਿੱਖਿਆ ਸਿੱਖੀ ਆ ਪੜ੍ਹਾਈ ਦੇ ਵਿੱਚ, ਇਕੱਲੀ ਜੌਬ ਦਾ ਮਤਲਬ ਨਹੀਂ, ਜਿਹੜੀ ਸਿੱਖਿਆ ਆ ਇੱਕ ਬਹੁਤ ਹੀ ਉੱਦਮ ਦਾ ਉਪਰਾਲਾ ਆ। ਸਨੀਵੇਲ ਕੈਲੀਫੋਰਨੀਆ ਤੋਂ ਐਸੋ ਸ਼ੁਕ ਭੌਰਾ ਦੇ ਨਾਲ ਬਿੰਦਰਪਾਲ ਗਲੋਬਲ ਪੰਜਾਬ ਟੀਵੀ ਲਈ। ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਨਿਊਯਾਰਕ ਦੇ ਵਿੱਚ ਬਾਹਰਲੇ ਮੁਲਕਾਂ 'ਚ ਵੱਸਦੇ ਪੰਜਾਬੀਆਂ ਨੂੰ ਗੁਰਮਤਿ ਦੇ ਨਾਲ ਜੋੜਨ ਲਈ ਗੁਰਮਤਿ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਖਾਸੀਅਤ ਇਹ ਹੈ ਕਿ ਇਹ ਹਰ ਸਾਲ ਜੁਲਾਈ ਵਿੱਚ ਹੀ ਲੱਗਦਾ ਹੈ ਅਤੇ ਤਕਰੀਬਨ ਇੱਕ ਮਹੀਨਾ ਇਸ ਦੇ ਵਿੱਚ ਗੁਰਮਤਿ ਦੀਆਂ ਕਲਾਸਾਂ ਵੀ ਲਗਾਈਆਂ ਜਾਂਦੀਆਂ ਨੇ। ਬਾਹਰਲੇ ਮੁਲਕਾਂ ਵਿੱਚ ਮਾਪਿਆਂ ਨੂੰ ਹਮੇਸ਼ਾ ਹੀ ਇਹ ਗੱਲ ਦੀ ਫਿਕਰ ਰਹਿੰਦੀ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਪੰਜਾਬੀ ਬੋਲੀ ਅਤੇ ਗੁਰਮਤਿ ਦੇ ਨਾਲ ਕਿਵੇਂ ਜੋੜਿਆ ਜਾਵੇ। ਉਹਨਾਂ ਦੀ ਇਸ ਫਿਕਰ ਨੂੰ ਕਾਫੀ ਹੱਦ ਤੱਕ ਗੁਰਦੁਆਰਾ ਕਮੇਟੀਆਂ ਵੱਲੋਂ ਲਾਏ ਜਾਂਦੇ ਗੁਰਮਤਿ ਕੈਂਪ ਘੱਟ ਕਰ ਦਿੰਦੇ ਨੇ। ਹਰ ਸਾਲ ਦੀ ਤਰ੍ਹਾਂ ਜੁਲਾਈ ਦੇ ਮਹੀਨੇ ਵਿੱਚ ਗੁਰਮਤਿ ਕੈਂਪ ਲਗਾਏ ਜਾਂਦੇ ਨੇ। ਇਸੇ ਤਹਿਤ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਵੀ ਗੁਰਮਤਿ ਕੈਂਪ ਕਰਵਾਇਆ ਜਾ ਰਿਹਾ ਹੈ, ਜਿਸ ਤਹਿਤ ਇੱਕ ਮਹੀਨਾ ਹਰ ਰੋਜ਼ ਸੋਮਵਾਰ ਤੋਂ ਸ਼ੁੱਕਰਵਾਰ ਨੂੰ ਕਲਾਸਾਂ ਲਗਾਈਆਂ ਜਾਂਦੀਆਂ ਨੇ। ਇਹਨਾਂ ਕਲਾਸਾਂ ਵਿੱਚ ਬੱਚਿਆਂ ਨੂੰ ਗੁਰਬਾਣੀ, ਪੰਜਾਬੀ ਬੋਲੀ, ਕੀਰਤਨ, ਗੱਤਕਾ ਅਤੇ ਗੁਰ ਇਤਿਹਾਸ ਨਾਲ ਜੋੜਿਆ ਜਾਂਦਾ ਹੈ। ਇਹਨਾਂ ਕਲਾਸਾਂ ਨੂੰ ਚਲਾਉਣ ਵਿੱਚ ਗੁਰੂ ਘਰ ਦੇ ਹੈੱਡ ਗ੍ਰੰਥੀ ਗਿਆਨੀ ਜਸਪਾਲ ਸਿੰਘ ਹੋਣਾ ਦਾ ਖਾਸ ਯੋਗਦਾਨ ਹੈ। ਸਾਰੀ ਕਮੇਟੀ ਨੇ ਰਲ ਕੇ ਫੈਸਲਾ ਕੀਤਾ ਕਿ ਬੱਚਿਆਂ ਨੂੰ ਗੁਰਮਤਿ ਸਿਖਲਾਈ ਵਾਸਤੇ ਇਸ ਤਰ੍ਹਾਂ ਦੇ ਕੈਂਪ ਲਾਏ ਜਾਣ ਤੋਂ ਵੱਧ ਤੋਂ ਵੱਧ ਬੱਚਿਆਂ ਨੂੰ ਸਹਿਯੋਗ ਦਿੱਤਾ ਜਾ ਰਿਹਾ। ਜੋ ਬੱਚਿਆਂ ਦੀਆਂ ਲੋੜਾਂ ਨੇ ਪੂਰੀਆਂ ਕੀਤੀਆਂ ਜਾ ਰਹੀਆਂ ਨੇ। ਅਸੀਂ ਇੱਕ ਟ੍ਰਿਪ ਜਿੱਥੇ ਬੱਚਿਆਂ ਨੂੰ ਲੈ ਕੇ ਜਾਣਾ ਘੁਮਾਉਣ ਵਾਸਤੇ ਸਿੱਖ ਫਲੈਗ, ਉਹਦੇ ਲਈ ਵੀ ਅਸੀਂ ਤਿਆਰੀ ਕਰ ਰਹੇ ਹਾਂ। ਬੱਚਿਆਂ ਵਿੱਚ ਵੀ ਇਸ ਗੁਰਮਤਿ ਕੈਂਪ ਵਿੱਚ ਸ਼ਾਮਲ ਹੋ ਕੇ ਕਾਫੀ ਖੁਸ਼ੀ ਪਾਈ ਗਈ। ਉਹਨਾਂ ਵਿੱਚ ਉਤਸ਼ਾਹ ਵੇਖਿਆ ਹੀ ਬਣਦਾ ਸੀ। ਗੁਰਦੁਆਰੇ ਆ ਕੇ ਸਾਨੂੰ ਗੁਰਬਾਣੀ ਅਤੇ ਗੁਰਮਤਿ ਨਾਲ ਜੋੜਿਆ ਜਾਂਦਾ ਹੈ ਅਤੇ ਪੰਜਾਬੀ ਸਿਖਾਈ ਜਾਂਦੀ ਹੈ। ਇਸ ਲਈ ਮੈਨੂੰ ਆਉਣਾ ਚੰਗਾ ਲੱਗਦਾ ਹੈ। ਸਾਨੂੰ ਇੱਥੇ ਪੰਜਾਬੀ ਸਿਖਾਈ ਜਾਂਦੀ ਹੈ, ਕੀਰਤਨ ਸਿਖਾਇਆ ਜਾਂਦਾ ਹੈ ਅਤੇ ਗੱਤਕਾ ਵੀ। ਇੱਥੇ ਬਹੁਤ ਕੁਛ ਹੈਗੇ ਸਿੱਖਣ ਵਾਸਤੇ ਅਤੇ ਸਾਨੂੰ ਆਪਣੀ ਸਿੱਖ ਧਰਮ ਬਾਰੇ ਜਿਹੜੀ ਹਿਸਟਰੀ ਹੈਗੀ ਉਹ ਵੀ ਸਾਨੂੰ ਸਿਖਾਈ ਜਾਂਦੀ ਹੈ ਇੱਥੇ।
ਤੇ ਸਾਨੂੰ ਇੱਥੇ ਪਾਠ ਵੀ ਰਹਿਰਾ ਸਾਹਿਬ ਦਾ ਪਾਠ ਵੀ ਅਸੀਂ ਕਰਦੇ ਆਪ। ਅੱਜ ਦੇ ਸਮੇਂ ਵਿੱਚ ਲੋੜ ਹੈ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਤਰ੍ਹਾਂ ਦੇ ਗੁਰਮਤ ਕੈਂਪਾਂ ਵਿੱਚ ਲਿਆਉਣ ਦੀ, ਤਾਂ ਜੋ ਪ੍ਰਦੇਸ਼ਾਂ ਵਿੱਚ ਰਹਿੰਦੇ ਹੋਏ ਆਪਣੀ ਬੋਲੀ ਅਤੇ ਆਪਣੇ ਧਰਮ ਨਾਲ ਬੱਚਿਆਂ ਨੂੰ ਜੋੜਿਆ ਜਾ ਸਕੇ। ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਹੀ ਭਵਿੱਖ ਵਿੱਚ ਪੰਜਾਬੀਅਤ ਬਾਹਰਲੇ ਮੁਲਕਾਂ ਵਿੱਚ ਬਚ ਸਕਦੀ ਹੈ। ਗੁਰਦੁਆਰਾ ਕਮੇਟੀਆਂ ਦਾ ਇਸ ਤਰ੍ਹਾਂ ਦੇ ਕੈਂਪ ਲਗਾਉਣ ਵਿੱਚ ਸਮੂਹ ਸਾਧ ਸੰਗਤ ਨੂੰ ਤਨੋ ਮਨੋ ਅਤੇ ਧਨੋ ਸਾਥ ਦੇਣਾ ਚਾਹੀਦਾ ਹੈ। ਨਿਊਯਾਰਕ ਤੋਂ ਗਿੱਲ ਪ੍ਰਦੀਪ ਦੇ ਨਾਲ ਬਿੰਦਰਪਾਲ, ਗਲੋਬਲ ਪੰਜਾਬ ਟੀਵੀ ਲਈ। ਆਪਣੀ ਅਮਰੀਕਾ ਫੇਰੀ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਫ੍ਰਿਜ਼ਨੋ ਦੇ ਗੁਰਦੁਆਰਾ ਨਾਨਕਸਰ ਚੈਰੀ ਐਵੇਨਿਊ ਦੇ ਵਿੱਚ ਸ਼ਿਰਕਤ ਕੀਤੀ ਅਤੇ ਗੁਰੂ ਘਰ ਦੇ ਵਿੱਚ ਅਕਾਲੀ ਦਲ ਦੇ ਸਮਰਥਕਾਂ ਵੱਲੋਂ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ। ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀਆਂ ਦਾ ਪੰਜਾਬ ਦੀ ਸਿਆਸਤ ਵਿੱਚ ਆਰਥਿਕ ਅਤੇ ਭਾਈਚਾਰਕ ਪੱਖੋਂ ਹਮੇਸ਼ਾ ਵੱਡਾ ਯੋਗਦਾਨ ਰਿਹਾ। ਪੰਜਾਬ ਅੰਦਰ ਆ ਰਹੀ ਅਗਲੇਰੀ ਚੋਣ ਲਈ ਆਪਣੀ ਪਾਰਟੀ ਦੀ ਸ਼ਾਖ ਨੂੰ ਮਜ਼ਬੂਤ ਬਣਾਉਣ ਲਈ ਵੱਖੋ ਵੱਖ ਪਾਰਟੀਆਂ ਦੇ ਲੀਡਰਾਂ ਦੇ ਵਿਦੇਸ਼ੀ ਦੌਰੇ ਸਮੇਂ ਸਮੇਂ 'ਤੇ ਹੁੰਦੇ ਰਹਿੰਦੇ ਨੇ। ਇਸ ਲੜੀ ਦੇ ਅਧੀਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਮਰੀਕਾ ਆਮਦ ਉੱਤੇ ਯੂਥ ਅਕਾਲੀ ਦਲ ਦੇ ਸਮੂਹ ਵਰਕਰਾਂ ਨੇ ਫ੍ਰਿਜ਼ਨੋ ਦੇ ਗੁਰਦੁਆਰਾ ਨਾਨਕਸਰ ਚੈਰੀ ਐਵੇਨਿਊ ਦੇ ਵਿੱਚ ਇੱਕ ਖਾਸ ਸਮਾਗਮ ਕੀਤਾ। ਇਸ ਸਮਾਗਮ ਦੇ ਦੌਰਾਨ ਚੰਦੂਮਾਜਰਾ ਨੇ ਬੋਲਦਿਆਂ ਆਪਣੇ ਵਿਕਾਸ ਦੇ ਕੰਮਾਂ ਦੀ ਗੱਲ ਕੀਤੀ ਅਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਵਚਨਬੱਧਤਾ ਵੀ ਦੁਹਰਾਈ। ਜਦਕਿ ਇਸ ਸਮੇਂ ਬਾਕੀ ਬੁਲਾਰਿਆਂ ਦੇ ਵਿੱਚ ਅਰਵਿੰਦਰ ਸਿੰਘ ਲਾਖਨ, ਕੁਲਵੰਤ ਸਿੰਘ ਖਹਿਰਾ, ਨਰਿੰਦਰਪਾਲ ਸਿੰਘ ਹੁੰਦਲ, ਸੁਰਿੰਦਰ ਸਿੰਘ ਨਿੱਜਰ, ਮਾਸਟਰ ਲਕਸ਼ਮਣ ਸਿੰਘ ਰਾਠੌਰ, ਹਰਪ੍ਰੀਤ ਸਿੰਘ ਨੇ ਹਾਜ਼ਰੀ ਨੂੰ ਸੰਬੋਧਨ ਕੀਤਾ। ਇਸ ਸਮੇਂ ਸਟੇਜ ਸੰਚਾਲਨ ਦੀ ਸੇਵਾ ਅਰਵਿੰਦਰ ਸਿੰਘ ਬੋਇਲ ਨੇ ਬਾਖੂਬੀ ਨਿਭਾਈ। ਅੰਤ ਵਿੱਚ ਇਹ ਸਮਾਗਮ ਪਾਰਟੀ ਤੋਂ ਚੰਗੇ ਨਤੀਜਿਆਂ ਦੀ ਆਸ ਕਰਦੇ ਹੋਏ ਯਾਦਗਾਰੀ ਹੋ ਨਿਬੜਿਆ। ਆਪਣੇ ਬਹੁਤ ਹੀ ਪਿਆਰੇ ਨੇਤਾ, ਮੈਂਬਰ ਪਾਰਲੀਮੈਂਟ, ਬਹੁਤ ਹੀ ਸੀਨੀਅਰ ਪਾਰਟੀ ਦੇ ਜਨਰਲ ਸਕੱਤਰ ਸਰਦਾਰ ਸ੍ਰੀ ਚੰਦੂਮਾਜਰਾ ਨੂੰ ਜੀਆਂ ਕਹਿ ਰਹੇ ਹਾਂ। ਮੈਂ ਤੁਹਾਡੇ ਸਾਰਿਆਂ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਫ੍ਰਿਜ਼ਨੋ ਕੈਲੀਫੋਰਨੀਆ ਵਿੱਚ ਆਇਆਂ ਅਤੇ ਢਿੱਗਾ ਸਵਾਗਤ ਕਰਦਾ। ਅੱਜ ਮੈਂ ਸਾਰਿਆਂ ਅੱਗੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਕਿ ਅੱਜ ਅਰਦਾਸ ਕਰੀਏ ਇਹ ਸਾਡੀ ਜਿਹੜੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ, ਆਓ ਅਮਰੀਕਾ ਦੇ ਵਿੱਚ ਆਪਾਂ ਇੱਕਜੁੱਟ ਹੋ ਕੇ ਇੱਕ ਝੰਡੇ ਥੱਲੇ ਨਿਸ਼ਾਨ ਸਾਹਿਬ ਦੇ ਥੱਲੇ ਆ ਕੇ ਆਪਾਂ ਕੰਮ ਕਰੀਏ ਰਲ ਮਿਲ ਕੇ, ਸਾਰੇ ਜਿਹੜੇ ਮਲਾਲ ਆ ਆਪਾਂ ਖਤਮ ਕਰੀਏ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਆਪਣੀ ਅਮਰੀਕਾ ਦੀ ਫੇਰੀ ਦੌਰਾਨ ਫ੍ਰਿਜ਼ਨੋ ਦੇ ਵੱਖ ਵੱਖ ਅਕਾਲੀ ਲੀਡਰਾਂ ਨੂੰ ਮਿਲੇ ਅਤੇ ਇਸ ਬਾਅਦ ਉਹ ਗੁਰੂ ਘਰ ਨਾਨਕਸਰ ਚੈਰੀ ਐਵਨਿਊ ਵਿਖੇ ਆਏ, ਜਿੱਥੇ ਉਹਨਾਂ ਨੇ ਅਕਾਲੀ ਇਕੱਠ ਨੂੰ ਸੰਬੋਧਿਤ ਕੀਤਾ ਅਤੇ ਵਾਅਦਾ ਕੀਤਾ ਕਿ ਉਹ NRI ਪੰਜਾਬੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਵਿੱਚ ਯੋਗਦਾਨ ਪਾਉਣਗੇ। ਮੈਂ ਕੁਲਵੰਤ ਉੱਬੀ ਤਾਲੀਆਂ ਆਪਣੇ ਸਾਥੀ ਨੀਟਾ ਮਾਸ਼ੀਕੇ ਅਤੇ ਕੈਮਰਾਮੈਨ ਇਕਰਾਜ ਉੱਬੀ ਦੇ ਨਾਲ ਗਲੋਬਲ ਪੰਜਾਬ TV ਲਈ ਫ੍ਰਿਜ਼ਨੋ ਤੋਂ। ਪ੍ਰੋਗਰਾਮ 30 ਮਿੰਟ ਦੇ ਵਿੱਚ ਹੁਣ ਵੇਲਾ ਹੋ ਚੱਲਿਆ ਹੈ ਇੱਕ ਛੋਟੀ ਜਿਹੀ ਬ੍ਰੇਕ ਦਾ, ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ TV। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਰੇ ਹੀ ਦਰਸ਼ਕਾਂ ਦਾ 30 ਮਿੰਟ ਦੇ ਇਸ ਐਪੀਸੋਡ ਦੇ ਵਿੱਚ ਫਿਰ ਤੋਂ ਸਵਾਗਤ ਹੈ। ਅੱਜ ਕੱਲ੍ਹ ਦੀ ਚੱਕਾ ਚੌਂਦ ਭਰੀ ਜ਼ਿੰਦਗੀ ਕਈ ਤਿਉਹਾਰਾਂ ਸਮੇਤ ਤੀਆਂ ਦੇ ਤਿਉਹਾਰ ਨੂੰ ਵੀ ਨਿਕਲ ਗਈ ਹੈ, ਪਰ ਵਿਦੇਸ਼ਾਂ ਵਿੱਚ ਵਸਦੀਆਂ ਪੰਜਾਬੀ ਮੁਟਿਆਰਾਂ ਨੇ ਤੀਆਂ ਦੀ ਇਸ ਅਮੀਰ ਵਿਰਾਸਤ ਨੂੰ ਸਾਂਭਣ ਦਾ ਤਹੀਆ ਕੀਤਾ ਹੈ। ਆਓ ਤੁਹਾਨੂੰ ਵਿਖਾਉਂਦੇ ਹਾਂ ਕੈਲੀਫੋਰਨੀਆ ਦੇ ਰੋਜ਼ਵਾਲ ਸ਼ਹਿਰ ਦੇ ਵਿੱਚ ਕਰਵਾਇਆ ਗਿਆ ਤੀਆਂ ਦਾ ਮੇਲਾ। ਤੀਆਂ ਦਾ ਤਿਉਹਾਰ ਕੁੜੀਆਂ ਅਤੇ ਚਿੜੀਆਂ ਦਾ ਤਿਉਹਾਰ ਹੈ। ਸਾਉਣ ਦੇ ਮਹੀਨੇ ਵਿੱਚ ਵਿਆਹੀਆਂ ਵਰੀਆਂ ਕੁੜੀਆਂ ਪੇਕੇ ਵਾਪਸ ਪਰਤ ਆਉਂਦੀਆਂ ਨੇ ਅਤੇ ਨਾਲੇ ਇਸ ਬਹਾਨੇ ਆਪਣੀਆਂ ਵਿਛੜੀਆਂ ਸਹੇਲੀਆਂ ਨੂੰ ਵੀ ਮਿਲ ਲੈਂਦੀਆਂ ਨੇ ਅਤੇ ਨਾਲੇ ਉਹਨਾਂ ਦਾ ਮਾਪਿਆਂ ਕੋਲ ਰਹਿਣ ਦਾ ਚਾਅ ਵੀ ਪੂਰਾ ਹੋ ਜਾਂਦਾ ਹੈ। ਪਰ ਪੰਜਾਬ ਦੀ ਝੂਠੀ ਚਕਾ ਚੌਂਦ ਅਤੇ ਤੇਜ਼ ਰਫ਼ਤਾਰ ਜ਼ਿੰਦਗੀ ਇਸ ਤਿਉਹਾਰ ਨੂੰ ਨਿਗਲ ਗਈ ਹੈ। ਜੇ ਤੀਆਂ ਦੀ ਪਰੰਪਰਾ ਨੂੰ ਸਾਂਭਿਆ ਹੈ ਤਾਂ ਉਹ ਹੈ ਪੰਜਾਬ ਤੋਂ ਬਾਹਰ ਬੈਠੀਆਂ ਪੰਜਾਬੀਅਤ ਅਤੇ ਵਿਰਸੇ ਸੱਭਿਆਚਾਰ ਲਈ ਚਿੰਤਿਤ ਵਿਦੇਸ਼ੀ ਮੁਟਿਆਰਾਂ ਨੇ। ਕੈਲੀਫੋਰਨੀਆ ਦੇ ਰੋਜ਼ਵਾਲ ਸ਼ਹਿਰ ਦੇ ਵਿੱਚ ਪਲੇਸਰ ਕੌਂਟੀ ਫੇਅਰ ਗਰਾਊਂਡਾਂ ਦੇ ਜੌਨਸਨ ਹਾਲ ਦੇ ਵਿੱਚ 53 ਵੱਲੋਂ 13ਵਾਂ ਸਾਲਾਨਾ ਤੀਆਂ ਦਾ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿੱਚ ਬੋਲੀਆਂ, ਸਿੱਠਣੀਆਂ, ਗਿੱਧਾ, ਸਕਿੱਟਾਂ ਤੀਆਂ ਦੇ ਪਿੜ ਦੇ ਸੁਤੰਤਰ ਖਾਸ ਦੀ ਸੰਪੂਰਨ ਵੰਨਗੀਆਂ ਸਨ। ਇਉਂ ਲੱਗਦਾ ਸੀ ਕਿ ਜਿਵੇਂ ਪੰਜਾਬ ਦੀ ਹਰ ਮੁਟਿਆਰ ਗਿੱਧਿਆ ਪਿੰਡ ਵੜਵੇ ਲਾਂਭੇ ਲਾਂਭੇ ਨਾਜਾਮੀ ਦੇ ਸੁਪਨਿਆਂ ਵਿੱਚ ਸੰਜੋਈ ਹੋਈ ਸੀ। ਇਸ ਸਮੇਂ ਅੱਡੀ ਭਾਵੇਂ ਸਟੇਜ 'ਤੇ ਵੱਜਦੀ ਸੀ, ਪਰ ਤੀਆਂ ਵਿੱਚ ਸ਼ਾਮਲ ਹਰ ਮੁਟਿਆਰ ਔਰਤ ਅਤੇ ਬਜ਼ੁਰਗ ਬੀਬੀਆਂ ਤੱਕ ਅੱਡੀ ਹਰੇਕ ਦੀ ਉੱਠ ਰਹੀ ਸੀ। ਬੜਾ ਟਾਈਮ ਸੀ ਕੋ ਲੈਣਾ ਉਦੋਂ ਹੱਲੜੇ, ਨਾ ਹੀ ਫੋਨ ਹੁੰਦਾ ਨਾ ਹੀ ਫੇਸਬੁੱਕ ਸੀ। ਔਰਤਾਂ ਮੁਟਿਆਰਾਂ ਤੀਆਂ ਦੀ ਵਿਰਾਸਤ ਕਾਇਮ ਰੱਖਦੀਆਂ ਮੁਟਿਆਰਾਂ ਅਤੇ ਬੱਚੀਆਂ ਸਮੇਤ ਬਣ ਸੰਵਰ ਕੇ ਪੂਰੇ ਉਤਸ਼ਾਹ ਦੇ ਨਾਲ ਪਹੁੰਚੀਆਂ ਸੀ। ਮੇਲੇ ਵਿੱਚ ਦੂਰੋਂ ਦੂਰੋਂ ਆਈਆਂ ਔਰਤਾਂ ਅਤੇ ਬੱਚਿਆਂ ਨੇ ਇਸ ਮੇਲੇ ਦਾ ਜਿੱਥੇ ਪੂਰਾ ਆਨੰਦ ਮਾਣਿਆ, ਉੱਥੇ ਆਪਣੇ ਲਈ ਗਹਿਣੇ, ਕੱਪੜੇ ਆਦਿ ਵੀ ਖਰੀਦੇ।
इस तियां दे मेले का खास मकसद अपने पंजाबी विरसे अते भाईचारे नू आपस विच जोड़ के रखण दे नाल नाल अपने जमपल बच्चों नू भी इत्थे कल्चरल सभ्याचारक जानकारी देना सी। गिद्दे अते तियां दा हर तरह नाल रंग बनण वाली टीम नू मौके उत्ते प्रबंधकां वल्लों मोमेंटो अते ट्राफियां दे के सन्मान भी किया गया। असीं इत्थे रोजवेल दीआं तियां ते अज आए ने, इह बहुत वधिया प्रोग्राम है। मैं सारे प्रबंधकां नू बहुत बहुत बधाई देना मंगदी हाँ जिन्हां ने कि अपना बहुत ही पंजाबी कल्चर नू सांभिया होया है। ते असी भी लाइव उकतियां कराने हैं जो कि इस साल अगस्त 30th नूं है, ते सारिया नूं हम हमा के पुजन की बेनती की जाती है। तुसी वेख रहे हो रोजविल दीआं तीआं और इत्थे आके असी बहुत ज़्यादा मज़ा किया। रोजविल दीआं तीआं ने कल्चर नूं बड़ा प्रमोट किया। असी बड़े शुक्रगुजार हाँ मनजीत मान दे ते रेनू दे जिन्हां ने सानू बुलाया और इत्थे आण के सानू परफॉर्मेंस करन दा मौका दिता। असी थैंक यू करना चाहवांगे रोजविल तीआं जिहड़े स्पोंसर करदे ने, बहुत वधिया करदे ने। एवरी ईयर असी भंगड़ा ते गिद्दा करदे हाँ and this is really nice, so every girl lady out there should come to Roswell Tia and support us every year. Roswell California to Jagdeep Singh Pandal de naal Binderpal Global Punjab TV layi. Alcres Maryland de vich Akali Dal de senior leader professor Prem Singh Chandumajra ne shirkat kiti te keha ke Akali Dal Badal vallon 2017 diyan vidhan sabha chunan layi bhang hoye jathebandang dhanche da mud gathan kita javega। अकाली दल बादल दे प्रधान सुखबीर सिंह बादल दे दिशा निर्देशों हेठ अपनियां प्राप्तियां दस के बाहरले पंजाबियों का विश्वास जितने लई दल का उच्च पदरी वफद अजकल अमेरिका के दौरे ते है। इस वफद की अगवाई भावें प्रोफेसर प्रेम सिंह चंदूमाजरा कर रहे हैं, पर दिल्ली गुरद्वारा प्रबंधक कमेटी के प्रधान मनजीत सिंह जी के जनरल सकत्र मनजिंदर सिंह सिरसा ते साबका कमेटी प्रधान अवतार सिंह हित यूथ आगू पुनीत चंडोक ते होर अहुदेदार इस मौके ज़्यादा सरगर्म ते चर्चा विच ने। इस टीम दे वल्लों जिथे पंजाब सरकार ते अकाली दल दीआं प्राप्तियां तों पंजाबी भाईचारे नूं जाणू करवाउण दा यतन कीता जा रहा है, उत्थे ही उत्तरी अमेरिका दी अकाली दल दी पिछली लीडरशिप वल्लों निभाई गई कारगुजारी तों नाखुश इह टीम दल दे नवें जथेबंदक ढांचे की पुनर सुरजीत करन लई नवें चेहरियां दी तलाश दे विच लगी हुई है। इस सिलसिले दे विच वाशिंगटन डीसी एरिए दे पंजाबी भाईचारे दे नाल मिलने लई एक समागम विच उगे सिख आगू ते साउथ एशियन कमिशन मैरीलैंड दे चेयरमैन जसदीप सिंह जस्सी दे सेंटर फॉर सोशल चेंज दे विड़े दे विच इत्थों दे अकाली दल वल्लों समागम करवाया गया। इस समागम दे विच वर्जीनिया मैरीलैंड वाशिंगटन डीसी अते एरिए दीआं समाजिक ते धार्मिक जथेबंदियां दे प्रतिनिधि वड्डी गिणती दे विच शामिल होए। ਸਾਨੂੰ ਸਿਰਫ ਇੱਕੋ ਹੀ ਗੱਲ ਦਾ ਹੁੰਦਾ ਸਾਰਿਆਂ ਨੂੰ ਕਿ ਇਹ ਲੀਡਰਸ਼ਿਪ ਇੱਥੇ ਆਵੇ, ਜਿਹੜਾ ਅਸੀਂ ਜ਼ੋਰ ਲਾਉਂਦੇ ਹਾਂ ਲੋਕਾਂ ਦੇ ਆਹਮੋ ਸਾਹਮਣੇ ਸਵਾਲ ਹੋਣ, ਜਿਹੜੇ ਇਹਨਾਂ ਦੇ ਨਾਲ ਆਹਮੋ ਸਾਹਮਣੇ ਸਵਾਲ ਹੋ ਜਾਂਦੇ ਆ ਉਹਦਾ ਨਜ਼ਾਰਾ ਹੀ ਕੁਛ ਹੋ ਰਿਹਾ। ਤੇ ਜਿਹੜਾ ਕੰਮ ਨਹੀਂ ਸੀ ਕਰਨਾ ਉਹ ਦਿੱਲੀ ਦੀ ਆਈ ਹੋਈ ਟੀਮ ਨੇ ਉਹ ਕਰਕੇ ਦਿਖਾ ਦਿੱਤਾ। ਅਸੀਂ ਇਹਨਾਂ ਨੂੰ ਸ਼ਾਬਾਸ਼ ਦਿੰਦੇ ਹਾਂ, ਅਸੀਂ ਇਹਨਾਂ ਕੋਲ ਸਿੱਖਿਆ ਵੀ ਲੈਂਦੇ ਹਾਂ ਔਰ ਫਿਰ ਅਸੀਂ ਕਹਿੰਦੇ ਹਾਂ ਕਿ ਤੁਸੀਂ ਬੀਜੇਪੀ ਕੋ ਕਿਉਂ ਜਾਂਦੇ ਜੇ। ਸਰਦਾਰ ਸਾਹਿਬ ਬੀਜੇਪੀ ਕੋਲ ਆਪਾਂ ਤਾਂ ਜਾਂਦੇ ਹਾਂ ਕਿਉਂਕਿ ਆਪਾਂ ਵੋਟਾਂ ਨਹੀਂ ਲੈ ਪਾਉਂਦੇ ਆਪਣੀ। ਜੇਕਰ ਆਪਾਂ ਉਹ ਛੱਡ ਦਈਏ, ਆਪਾਂ ਆਪਣਾ ਰਾਜ ਵੀ ਛੱਡ ਦਈਏ, ਜਿਹੜਾ ਰਾਜ ਅੱਜ ਆਪਣੇ ਕੋਲ ਆ, ਜੇ ਅੱਜ ਆਪਾਂ ਕੋਈ ਆਪਣਾ ਦੇਸ਼ ਦੇ ਅੰਦਰ ਵਜੂਦ ਆ ਤੇ ਉਹ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਕਰਕੇ ਆ। ਮੈਰੀਲੈਂਡ ਤੋਂ ਡਾਕਟਰ ਸੁਖਪਾਲ ਸਿੰਘ ਧਨਵਾ ਦੇ ਨਾਲ ਬਿੰਦਰਪਾਲ ਗਲੋਬਲ ਪੰਜਾਬ ਟੀਵੀ ਲਈ। ਬੀਤੇ ਹਫ਼ਤੇ ਕੈਂਸਰ ਸਿਟੀ ਦੇ ਵਿੱਚ ਮਿਡਵੈਸਟ ਕਮਿਊਨਿਟੀ ਵੱਲੋਂ ਪੰਜਾਬੀ ਵਿਰਸਾ ਮੇਲਾ ਕਰਵਾਇਆ ਗਿਆ। ਇਸ ਮੇਲੇ ਦੇ ਵਿੱਚ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਨੁਮਾਇੰਦਗੀ ਕਰਦੇ ਗਿੱਧੇ ਅਤੇ ਭੰਗੜੇ ਦੀਆਂ ਵੰਨਗੀਆਂ ਨੇ ਖੂਬ ਰੰਗ ਮੰਨਿਆ। ਮਿਡਵੈਸਟ ਕਮਿਊਨਿਟੀ ਵੱਲੋਂ ਪੰਜਾਬੀ ਵਿਰਸਾ ਮੇਲਾ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਮੁਟਿਆਰਾਂ ਅਤੇ ਗੱਭਰੂਆਂ ਨੇ ਗਿੱਧੇ ਅਤੇ ਭੰਗੜੇ ਦੀਆਂ ਪੇਸ਼ਕਾਰੀਆਂ ਕੀਤੀਆਂ। ਇੱਥੇ ਭਾਰੀ ਗਿਣਤੀ ਦੇ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਪ੍ਰੋਗਰਾਮ ਦਾ ਆਗਾਜ਼ ਛੋਟੇ ਬੱਚਿਆਂ ਦੇ ਗਿੱਧੇ ਤੋਂ ਕੀਤਾ ਗਿਆ। ਛੋਟੇ ਬੱਚਿਆਂ ਵੱਲੋਂ ਸੋਲੋ ਡਾਂਸ ਅਤੇ ਗਿੱਧਾ ਪੇਸ਼ ਕੀਤਾ ਗਿਆ। ਮੁਟਿਆਰਾਂ ਵੱਲੋਂ ਵੀ ਬਹੁਤ ਜੋਸ਼ੀਲਾ ਗਿੱਧਾ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਗੱਭਰੂਆਂ ਵੱਲੋਂ ਬੜੀ ਸੁਰੀਲੀ ਆਵਾਜ਼ ਦੇ ਵਿੱਚ ਗੀਤ ਵੀ ਪੇਸ਼ ਕੀਤੇ ਗਏ। ਸਟੇਜ ਦਾ ਸੰਚਾਲਨ ਹਰਪ੍ਰੀਤ ਪੂਨੀਆ ਅਤੇ ਸਤਿੰਦਰ ਹੁੰਦਲ ਵੱਲੋਂ ਬੜੀ ਬਾਖੂਬੀ ਨਿਭਾਇਆ ਗਿਆ। ਉਹਨਾਂ ਨੇ ਦੱਸਿਆ ਕਿ ਬੱਚਿਆਂ ਨੂੰ ਆਪਣੇ ਵਿਰਸੇ ਦੇ ਨਾਲ ਜੋੜਨ ਵਾਸਤੇ ਅਜਿਹੇ ਪ੍ਰੋਗਰਾਮ ਬਹੁਤ ਜ਼ਰੂਰੀ ਨੇ। ਕੈਂਸ ਸਿਟੀ ਮਿਡਵੈਸਟ ਕਮਿਊਨਿਟੀ ਵੱਲੋਂ ਅੱਜ ਇੱਥੇ ਪੰਜਾਬੀ ਵਿਰਸਾ ਪ੍ਰੋਗਰਾਮ ਮਨਾਉਣ ਦਾ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ। ਇਸ ਉਪਰਾਲੇ ਦਾ ਮੇਨ ਮਕਸਦ ਜਿਹੜਾ ਸੀ ਸਾਡੀ ਨਵੀਂ ਜਨਰੇਸ਼ਨ ਨੂੰ ਸਾਡੇ ਪਹਿਰਾਵੇ ਤੋਂ ਸਾਡੇ ਸੱਭਿਆਚਾਰ ਤੋਂ ਜਾਣੂ ਕਰਵਾਉਣਾ ਸੀ। ਇੱਥੇ ਦੁਪਹਿਰ ਦੇ ਲੰਚ ਤੋਂ ਇਲਾਵਾ ਗੋਲ ਗੱਪਿਆਂ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਪ੍ਰੋਗਰਾਮ ਦੇ ਆਖਰ ਦੇ ਵਿੱਚ ਗੱਭਰੂਆਂ ਵੱਲੋਂ ਭੰਗੜਾ ਪੇਸ਼ ਕੀਤਾ ਗਿਆ।
ਸਤਿੰਦਰ ਹੁੰਦਰ ਵੱਲੋਂ ਸਾਰਿਆਂ ਬੱਚਿਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਹ ਸਾਡਾ ਥੋੜ੍ਹਾ ਜਿਹਾ ਕੋਸ਼ਿਸ਼ ਕਹਿ ਲਓ ਸੀਗੀ ਕਿ ਬੱਚਿਆਂ ਨੂੰ ਦੱਸਣ ਬਾਰੇ ਕਿ ਵੀ ਸਾਡਾ ਕਲਚਰ ਕਿੰਨਾ ਰਿਚ ਹੈਗਾ ਆ, ਅਤੇ ਬੱਚਿਆਂ ਨੇ ਇੱਥੇ ਅੱਜ ਤੁਸੀਂ ਜੇ ਦੇਖਿਆ ਹੋਏਗਾ ਤਾਂ ਪਰਫੋਰਮੈਂਸਿਸ ਕਰਕੇ ਤਾਂ ਤੁਹਾਨੂੰ ਦੱਸਿਆ ਕਿ ਵੀ ਕਿੰਨਾ ਵਧੀਆ ਉਹ ਆਪਣਾ ਕਲਚਰ ਇੱਥੇ ਮੇਨਟੇਨ ਕਰਦੇ ਪਏ ਨੇ। ਕੈਂਸਰ ਸਿਟੀ ਤੋਂ ਪ੍ਰੀਤ ਮਹਿੰਦਰ ਸਮਰਾ ਦੇ ਨਾਲ ਬਿੰਦਰਪਾਲ, ਗਲੋਬਲ ਪੰਜਾਬ ਟੀਵੀ ਲਈ। ਨਿਊਯਾਰਕ ਦੀਆਂ ਮੁਟਿਆਰਾਂ ਲਈ ਅਦਾਰਾ ਸ਼ਾਨੇ ਪੰਜਾਬ ਅਤੇ ਆਪਣਾ ਬਾਜ਼ਾਰ ਕੈਸ਼ ਐਂਡ ਕੈਰੀ ਵੱਲੋਂ ਤੀਆਂ ਦਾ ਮੇਲਾ ਕਰਵਾਇਆ ਗਿਆ। ਇਸ ਮੇਲੇ ਦੀ ਸ਼ਾਨ ਬਣੀ ਸੁਰਾਂ ਦੀ ਮਲਿਕਾ ਮਿਸ ਪੂਜਾ। ਪੰਜਾਬ ਦੀਆਂ ਯਾਦਾਂ ਨੂੰ ਤਾਜ਼ਾ ਕਰਵਾਉਂਦੇ ਹੋਏ ਨਿਊਯਾਰਕ ਦੀਆਂ ਮੁਟਿਆਰਾਂ ਲਈ ਅਦਾਰਾ ਸ਼ਾਨੇ ਪੰਜਾਬ ਅਤੇ ਆਪਣਾ ਬਾਜ਼ਾਰ ਕੈਸ਼ ਐਂਡ ਕੈਰੀ ਵੱਲੋਂ ਪਿਛਲੇ ਦਿਨੀ ਗੋਲਡਨ ਟੈਰਸ ਦੇ ਵਿੱਚ ਇੱਕ ਸ਼ਾਨਦਾਰ ਤੀਆਂ ਦਾ ਮੇਲਾ ਕਰਵਾਇਆ ਗਿਆ, ਜਿਸ ਦੇ ਵਿੱਚ ਸੁਪਰ ਸਟਾਰ ਗਾਇਕਾ ਮਿਸ ਪੂਜਾ ਖਾਸ ਤੌਰ 'ਤੇ ਸ਼ਾਮਲ ਹੋਈ। ਬੇਸ਼ੱਕ ਕਿ ਤਨੰਜਨ ਦੀ ਘਾਟ ਤਾਂ ਮਹਿਸੂਸ ਹੋਈ, ਪਰ ਮੁਟਿਆਰਾਂ ਨੇ ਗਿੱਧਾ ਪਾ ਪਾ ਕੇ ਪੰਜਾਬ ਦੀਆਂ ਤੀਆਂ ਦਾ ਭੁਲੇਖਾ ਜ਼ਰੂਰ ਪਾ ਦਿੱਤਾ। ਇਸ ਤੋਂ ਇਲਾਵਾ ਮਿਸ ਪੂਜਾ ਨੇ ਆਪਣੇ ਹਿੱਟ ਗੀਤ ਗਾ ਕੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਆਲਮੋਸਟ ਹਰ ਸਾਲ ਹੀ USA ਕੈਨੇਡਾ ਵਿੱਚ ਆ ਕੇ ਤੀਆਂ ਦਾ ਮੇਲਾ ਅਸੀਂ ਮਨਾਉਂਦੇ ਹਾਂ, ਸੋ ਅੱਜ ਵੀ ਬਹੁਤ ਹੀ ਵਧੀਆ ਤੀਆਂ ਦਾ ਮੇਲਾ ਇੱਥੇ ਨਿਊਯਾਰਕ ਵਿੱਚ ਹੋਇਆ ਸ਼ਾਨੇ ਪੰਜਾਬ ਅਤੇ ਆਪਣਾ ਬਾਜ਼ਾਰ ਵੱਲੋਂ ਬਹੁਤ ਸਕਸੈਸਫੁਲ। ਮੈਂ ਸਾਰਿਆਂ ਦਾ ਧੰਨਵਾਦ ਕਰਾਂਗੀ ਜਿਹੜੇ ਇੱਥੇ ਆਏ ਸੀ, ਥੈਂਕ ਯੂ ਸੋ ਮਚ। ਮਿਸ ਪੂਜਾ ਦੇ ਨਾਲ ਨਾਲ ਗਾਇਕਾ ਸੁਨੀਤਾ ਭੱਟੀ ਨੇ ਵੀ ਆਪਣੇ ਹਿੱਟ ਗੀਤਾਂ ਰਾਹੀਂ ਚਾਹੁਣ ਵਾਲਿਆਂ ਦੀ ਵਾਹ ਵਾਹ ਖੱਟੀ। ਮੈਂ ਬੜੀ ਹੈਪੀ ਹਾਂ, ਬੜੀ ਖੁਸ਼ ਹਾਂ ਕਿ ਅੱਜ ਬਹੁਤ ਮਜ਼ਾ ਆਇਆ, ਖੂਬ ਭਰਿਆ ਪਿਆ ਮੇਲਾ। ਔਰ ਅਗਲੇ ਸਾਲ ਮੈਂ ਅਨਾਊਂਸ ਕਰਨਾ ਚਾਹੁੰਦੀ ਹਾਂ ਕਿ ਇਹ ਤੀਆਂ ਦਾ ਮੇਲਾ ਬਿਨਾਂ ਟਿਕਟ ਤੋਂ ਫ੍ਰੀ ਸਮੋਕੀ ਪਾਰਕ 'ਚ ਲੱਗੇਗਾ, ਖੁੱਲ੍ਹਾ ਮੇਲਾ, ਐਨੀ ਬੜੀ ਪਰਫੋਰਮ ਉੱਥੇ ਕਰ ਸਕਦਾ, ਸਾਡੀਆਂ ਭੈਣਾਂ ਖੁੱਲ੍ਹ ਕੇ ਇੰਜੋਏ ਕਰਨਗੇ ਤੀਆਂ ਨੂੰ। ਇਸ ਪ੍ਰੋਗਰਾਮ ਦੇ ਵਿੱਚ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸ਼ਹਿਰੀ ਦੱਤਾ ਵੱਲੋਂ ਬਾਖੂਬੀ ਨਿਭਾਈ ਗਈ। ਪੰਜਾਬੀ ਮੁਟਿਆਰਾਂ ਸੋਹਣੇ ਸੋਹਣੇ ਸੂਟ ਪਾ ਕੇ ਸੱਜ ਧੱਜ ਕੇ ਤੀਆਂ ਦੇ ਮੇਲੇ ਦੇ ਵਿੱਚ ਮੇਲਣਾ ਬਣ ਕੇ ਸ਼ਾਮਲ ਹੋਈਆਂ। ਇਸ ਮੇਲੇ ਵਿੱਚ ਹਰ ਵਰਗ ਦੀਆਂ ਲੇਡੀਜ਼ ਨੇ ਭਾਗ ਲਿਆ। traditional the cultural events participate kita our community is very much connected to punjab and I really really enjoyed tiyan da mela is mauke te is program de organizer harbaks tali te apna bazaar de owner ne global punjab tv de naal gal baat dauran hoye program babat jankari ditti ਇਹ ਸਦੀਆਂ ਪੁਰਾਣਾ ਪੰਜਾਬ ਦੀ ਇੱਕ ਸਾਂਝ ਹੈ, ਪੰਜਾਬ ਦੀ ਇੱਕ ਕਲਚਰ ਦਾ ਪ੍ਰਤੀਕ ਹੈ। ਸੋ ਮੈਨੂੰ ਬੜੀ ਖੁਸ਼ੀ ਹੈ ਕਿ ਇਹ ਅੱਜ ਗੋਲਡਨ ਟੈਰਸ ਮੇਲੇ ਦਾ ਪਿੜ ਵੱਜ ਗਿਆ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੇ ਵਰ੍ਹੇ ਤੋਂ ਇਸ ਤੀਆਂ ਦੇ ਮੇਲੇ ਨੂੰ ਖੁੱਲ੍ਹੇ ਮੈਦਾਨ ਦੇ ਵਿੱਚ ਸਮੋਕੀ ਪਾਰਕ ਦੇ ਵਿੱਚ ਕੋਈ ਟਿਕਟ ਨਹੀਂ ਹੋਵੇਗੀ ਔਰ ਮਿਸ ਪੂਜਾ ਤੋਂ ਬਗੈਰ ਹੋਰ ਵੀ ਕਈ ਔਰਤ ਕਲਾਕਾਰ ਉਹਦੇ ਵਿੱਚ ਲਿਆਉਂਦੀਆਂ ਜਾਣਗੀਆਂ। ਮੇਲੇ ਸਾਡੇ ਸਭਤਾ ਦਾ ਇੱਕ ਬਹੁਤ ਹੀ ਵੱਡਾ ਹਿੱਸਾ ਆ, ਪਹਿਲਾਂ ਤੋਂ ਰਹੇ ਪੰਜਾਬ ਦੇ ਵਿੱਚ। ਮੇਲੇ ਖੁਸ਼ੀ ਦਾ ਪ੍ਰਤੀਕ ਆ, ਹਰ ਇਨਸਾਨ ਖੁਸ਼ੀ ਦੀ ਤਲਾਸ਼ 'ਚ ਜ਼ਿੰਦਗੀ ਵਿੱਚ ਭਟਕਦਾ ਫਿਰਦਾ। ਸਾਨੂੰ ਹਰ ਇੱਦਾਂ ਦੀ ਜਗ੍ਹਾ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਜਿੱਥੋਂ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਆ। ਸਾਰੇ ਰਲ ਕੇ ਅਸੀਂ ਤੀਆਂ ਦਾ ਮੇਲਾ ਬਣਾ ਰਹੇ ਹਾਂ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਬਾਹਰਲੇ ਮੁਲਕਾਂ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਬਹੁਤ ਲਾਜ਼ਮੀ ਨੇ ਤਾਂ ਜੋ ਪੰਜਾਬ ਦੇ ਅਮੀਰ ਵਿਰਸੇ ਨੂੰ ਯਾਦ ਰੱਖਿਆ ਜਾ ਸਕੇ ਅਤੇ ਸਾਡੇ ਰੀਤੀ ਰਿਵਾਜ਼ਾਂ ਅਤੇ ਤਿਉਹਾਰਾਂ ਦੀ ਮਹਾਨਤਾ ਕਾਇਮ ਰਹਿ ਸਕੇ। ਨਿਊਯਾਰਕ ਤੋਂ ਗਿੱਲ ਪ੍ਰਦੀਪ ਦੇ ਨਾਲ ਬਿੰਦਰਪਾਲ, ਗਲੋਬਲ ਪੰਜਾਬ ਟੀਵੀ ਲਈ। ਸੋ ਪ੍ਰੋਗਰਾਮ 30 ਮਿੰਟ ਦੇ ਵਿੱਚ ਫਿਲਹਾਲ ਹੁਣ ਤੱਕ ਇੰਨਾ ਹੀ, ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ, ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।